ਅਸੀਂ ਹੀ ਨਹੀਂ ਕਾਮਯਾਬ ਕਰਨਾ। ਤੁਸੀਂ ਤਹੀਆ ਕੀਤਾ ਤਾਂ ਪਹਿਲਾਂ ਕਿ ਅਸੀਂ ਕੀ ਸੁਣਾਉਣਾ। ਬਾਕੀ ਇੱਥੇ ਜਿਹੜੀਆਂ ਵੀ ਨਿੱਕੇ ਨਿੱਕੇ ਸਾਡੀਆਂ ਡਿਵੈਲਪਮੈਂਟ ਇਸ਼ੂ ਹਨ ਸ਼ਰਮਾ ਸਾਹਿਬ, ਉਹ ਇਹ ਹੈ ਕਿ ਅਸ ਗ੍ਰਾਂਟ ਚ ਇਹ ਹਰ ਜਗ੍ਹਾ ਹੁੰਦਾ, ਇੱਥੇ ਗੇ ਨਹੀਂ ਹੈ, ਹਰ ਜਗ੍ਹਾ ਹੁੰਦਾ। ਸਾਡੇ ਵਿਭਾਗ ਚ ਜਿੱਥੇ ਮਰਜ਼ੀ ਚਲੀ ਜਾਓ, ਹਰ ਜਗ੍ਹਾ ਇਹ ਸ਼ਿਕਾਇਤ ਕਰਾਉਣੀ ਕਿ ਇੱਕ ਕਿਹੜਾ ਫਿਰਕਾ ਤਬਕਾ ਦੂਏ ਕੰਨੇ ਨਾਰਾਜ਼, ਜਿਸੀ ਦਾਲ ਲੱਗਿਆ ਉਹ ਲਾਈ ਉੜਦਾ ਦਾਲ। ਸਾਡੇ ਵਿਭਾਗੇ ਦਾ ਬੜੇ ਤੇਜ ਨੇ, ਅਗਰ ਕੋਈ ਕੱਢ ਰਿਹਾ ਰਿਆਸੀ ਦਾ ਕੋਈ ਨਹੀਂ ਥੋਇਆ, ਅਗਰ ਆਪਸ ਵਿੱਚ ਵੀ ਲਾਈ ਹੁੰਦੇ ਹਾਂ, ਬੜੀ ਠੀਕ ਹੈ ਨਾ। ਡੀ ਡੀ ਸੀ ਪਹਿਲੀ ਵਾਰੀ ਬਣੇ ਇੱਥੇ ਸਾਰੇ ਜੰਮੂ ਕਸ਼ਮੀਰ ਦੇ ਤਾਰੀਖ ਇਤਿਹਾਸ ਦੇ ਵਿੱਚ 1947 ਦੇ ਬਾਅਦ ਪਹਿਲੀ ਵਾਰੀ ਬਣੇ ਕੋਈ। ਸ਼ੇਖ ਅਬਦੁੱਲਾ ਦੇ ਟਾਈਮ ਚ ਆਖਰੀ ਬਲਾਕੇ ਦੇ ਚੇਅਰਮੈਨ ਬਣਾਏ, ਲੇਕਿਨ ਉਹ ਇਲੈਕਸ਼ਨ ਨਹੀਂ ਹੋਈ, ਇਆਂ ਨਾਮਜ਼ਦ ਕਰਦੇ ਹੁੰਦੇ ਕਿ ਹਾਂ ਜੀ ਫਲਾਣਾ ਮਹਾਰਾਜ ਬਲਾਕ ਦਾ ਚੇਅਰਮੈਨ। ਸਾਡੇ ਚਾਚਾ ਜਨਕ ਸਿੰਘ ਕੋਲ ਸਰੂਗੋਟੇ ਵਾਲੇ ਵੀ ਕੋਈ ਬੋਰਡ ਦੇ ਮੈਂਬਰ ਰੱਖੇ, ਅਜੇ ਵੀ ਸੁਣਾਉਂਦੇ ਨੇ, ਇੱਕ ਵਾਰੀ ਮੀਂਹ ਵੀ ਰੱਖਿਆ, ਅਜੇ ਵੀ ਉਹ ਕਹਾਣੀ ਸੁਣਾਉਂਦੇ ਨੇ। ਲੇਕਿਨ ਉਹਦੇ ਬਾਅਦ ਚ ਚੁਣਾਓ ਹੋਈ ਹੈ, ਇਲੈਕਸ਼ਨ ਕਰਾਈਏ, ਕੋਈ ਬੀ ਡੀ ਸੀ ਜਾਂ ਡੀ ਡੀ ਸੀ ਦੇ ਚੇਅਰਮੈਨ ਅੱਜ ਤੱਕ ਨਹੀਂ ਬਣਾਇਆ। ਉਹ ਬਣਾਇਆ ਅਗਰ ਕਿਸੇ ਨੇ ਤੇ ਮੋਦੀ ਸਰਕਾਰ ਨੇ ਬਣਾਇਆ, ਔਰ ਉਹਨੇ ਬੜਾ ਜ਼ਬਰਦਸਤ ਤਰੀਕੇ ਕਨੇ ਇੱਥੇ ਡੰਡਾ ਦਿੱਤਾ ਜੰਮੂ ਕਸ਼ਮੀਰ ਦੀ ਸਰਕਾਰ ਕੀ ਕਿ ਬਈ ਇਹ ਬਣਾਓ। ਅਸ ਪੰਚਾਇਤੀ ਰਾਜ ਸਿਸਟਮ ਦੇ ਤਹਿਤ ਬਣੇ ਦੇ, ਜਿਹਾਂ ਪੰਚ ਸਰਪੰਚ ਦੇ ਉਹਾਂ ਕੇ ਥੋੜ੍ਹੇ ਉੱਪਰ ਬੀ ਡੀ ਸੀ ਡੀ ਡੀ ਸੀ। ਔਰ ਥਾ ਇਹ ਸਾਡਾ ਇੱਕ ਨਵਾਂ ਕੰਮ ਹੈ, ਉਹ ਨਵਾਂ ਕੰਮ ਬਚਦੇ ਬਚਦੇ ਫਿਰ ਉਹਦੇ ਬਾਅਦ ਚ ਕਹਿੰਦਾ ਉਹਦੀ ਉਹਦਾ ਜਿਹੜਾ ਉਹਦੇ ਪਾਏਦਾਰ ਜਿਹੜੀ ਚੀਜ਼ ਬਣਦੀ ਉਹ ਬਾਅਦ ਚ ਬਣਦੀ। 1947 ਜਿਸ ਵੇਲੇ